डेरा सच्चा सौदा सिरसा दी शाह सतनाम जी ग्रीन एस वेलफेयर फोर्स दे मेंबरां अते होर साध संगत वल्लों जिला फाजिलका दी शिव भूमि विच सफाई अभियान दे नाल नाल बूटे लगाउण दा अभियान भी चलाया गया, जिस दी शुरुआत फोर्स दे मेंबरां अते संगत वल्लों बेनती दा शब्द बोल के कीती गई। इस मौके शिव भूमि दी सफाई कीती गई, खिलरियां पईयां वड्डियां लकड़ां मुंडां नूं चक के इक पासे रख्या गया, जिस तों बाद क्यारियां बना के वख वख तरह दे शानदार फुलदार अते फलदार बूटे भी लगाए गए। शिव भूमि विच इकट्ठे होए घा अते होर कूड़ा करकट नूं ट्राले विच भर के बाहर सुट्टिया गया। आओ देखदे हां डेरा सच्चा सौदा दी शाह सतनाम जी ग्रीन एस वेलफेयर फोर्स दे सेवादारां अते डेरे दी साध संगत वल्लों चलाए गए सफाई अभियान अते बूटे लगाओ अभियान दीआं झलकियां, जिस तों बाद डेरे दे जिम्मेवार अते समाज सेवी संस्थावां दे जिम्मेवार जानकारी देणगे। ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਫੋਰਸ ਵੱਲੋਂ ਸਫਾਈ ਬਿਆਨ ਚਲਾਇਆ ਗਿਆ, ਕੀ ਕਹਿਣਾ ਚਾਹੋਗੇ ਇਸ ਸੰਬੰਧ? ਇਹ ਫੋਰਸ ਜਿਹੜਾ ਜਿੰਨਾ ਅੱਛਾ ਕੰਮ ਕਰ ਰਹੀ ਹੈ, ਮੈਂ ਕਦੇ ਕੰਪਨੀ ਨਹੀਂ ਵੇਖਿਆ ਜਿਹੜਾ ਇਹਨੇ ਕੰਧੇ ਹੀ ਨਾਲ ਲੱਗੇ ਹੋਏ ਕੰਮ ਕਰਦੇ, ਅਤੇ ਇੱਥੇ ਵੇਖ ਰਿਹਾ ਵੀ ਜਿਹੜੀ ਜਗ੍ਹਾ ਕਈ ਸਾਲਾਂ ਨੂੰ ਉਜਾੜ ਪਈ ਸੀ ਇੱਥੇ, ਅਤੇ ਉਹ ਝਾੜੀਆਂ ਖੜੀਆਂ ਸੀ, ਅੰਨ ਦਿਲ ਨਹੀਂ ਕਰਦਾ ਸੀ, ਉਹ ਸਾਰੀ ਸਾਫ਼ ਕਰਕੇ ਉੱਥੇ ਫੁੱਲ ਵਾਲੇ ਅਤੇ ਜਿਹੜੇ ਹੁੰਦੇ ਕੀ ਕਹਿੰਦੇ ਆ ਫਲ ਵਾਲੇ ਉਹ ਪੌਦੇ ਲਾ ਰਹੇ ਆ, ਸਾਰੀ ਇੰਨੀ ਸਫਾਈ ਕਰਤੀ, ਇੰਨਾ ਵਧੀਆ ਪਾਰਕ ਬਣਾਤਾ, ਅਤੇ ਮੈਂ ਇਹਨਾਂ ਦੀ ਸ਼ਾਬਾਸ਼ੀ ਹੈ। ਅਤੇ ਬਹੁਤ ਅੱਛਾ ਕੰਮ ਕਰਦੇ, ਪਹਿਲੇ ਵੀ ਜਿਹੜੀ ਟੀਮ ਬੜਾ ਅੱਛਾ ਕੰਮ ਕਰਦੀ ਫਾਈਨਲ ਵਿੱਚ, ਅਤੇ ਹੁਣ ਵੀ ਅੱਛਾ ਕਰੀ ਔਰ ਅੱਗੇ ਵੀ ਅੱਛਾ ਕਰ ਰਿਹਾ, ਵੀ ਪਰਮਾਤਮਾ ਇਹੀ ਕਹਿੰਦਾ ਵੀ ਇਹਨੇ ਤੁਹਾਨੂੰ ਜ਼ਿਆਦਾ ਮਜ਼ਬੂਤ ਕਰੇ ਅਤੇ ਇਹ ਲੱਗੇ ਰਹਿੰਦੇ ਇਸ ਕੰਮ 'ਚ। ਅਤੇ ਫਾਜ਼ਿਲਕਾ ਦਾ ਜਿਹੜਾ ਨਾਂ ਰੋਸ਼ਨ ਕਰੀ ਜਾਂਦਾ, ਇਹ ਫਾਜ਼ਿਲਕਾ ਦੀ ਜਗ੍ਹਾ ਜਿਹੜੀ ਹੈ ਸ਼ਿਵਪੁਰੀ ਦੇ ਵਿੱਚ, ਪਹਿਲੇ ਇਹ ਸੀ ਜੋ ਹਰੇ ਬੰਦਾ ਆ ਕੇ ਦੇਖਦਾ ਸੀ, ਪਰ ਹੁਣ ਜਿਹੜਾ ਇਹਨੇ ਕੀਤਾ ਇੰਨਾ ਇੰਨਾ ਉਪਰਾਲਾ ਕੀਤਾ, ਬਹੁਤ ਜਿਹੜੀ ਸਲੰਘ ਵਾਲਾ ਇਸ ਕੰਮ। ਇਸ ਗੱਲ ਦਾ ਪਤਾ ਲੱਗਾ, ਸ਼ਿਵਪੁਰੀ ਪ੍ਰਬੰਧਕ ਕਮੇਟੀ ਨੇ ਸਾਨੂੰ ਇਹ ਦੱਸਿਆ ਸਮਝਿਆ ਕਿ ਇੱਥੇ ਪੌਦੇ ਲਾਉਣੇ ਆ, ਪਰ ਪੌਦੇ ਵਾਲੀ ਜਗ੍ਹਾ 'ਤੇ ਲੱਕੜਾਂ ਹੁੰਦੀਆਂ, ਕਚਰਾ ਬਹੁਤ ਪਿਆ ਸੀ। ਤਾਂ ਸਾਡੀ ਸਾਧ ਸੰਗਤ ਹੁੰਮ ਹੁੰਮ ਆ ਕੇ ਆਈ ਦੀ ਸੁਬਹਾ 6 ਵਜੇ ਤੋਂ ਕੰਮ ਚਾਲੂ ਕੀਤਾ ਸੀ, ਸੁਬਹਾ 6 ਵਜੇ ਤੋਂ ਕੰਮ ਚੱਲ ਰਿਹਾ, ਜਿਹਦੇ ਵਿੱਚ ਲੱਕੜਾਂ ਚੱਕੀਆਂ ਜਾ ਰਹੀਆਂ, ਸਫਾਈ ਕਰਕੇ ਪੌਦਾ ਰੋਪਣ ਕੀਤਾ ਜਾਊਗਾ। ਇਹ ਪੌਦਾ ਰੋਪਣ ਹਜ਼ੂਰ ਪਿਤਾ ਜੀ ਨੇ ਚਾਲੂ ਕਰਵਾਇਆ ਸੀ, ਜਿਹਦੇ ਵਿੱਚ 82 ਲੱਖ ਪੌਦਾ ਵੀ ਇੱਕ ਦਿਨ ਵਿੱਚ ਲਾਇਆ ਗਿਆ। ਇਸ ਲਈ ਆਮ ਲਈ ਸਾਧ ਸੰਗਤ ਇੱਕ ਪੌਦਾ ਰੋਪਣ ਦਾ ਕੰਮ ਨਹੀਂ ਕਰਦੀ, ਮਾਨਤਾ ਭਲਾਈ ਦੀ 135 ਡੇਰਾ ਸੱਚਾ ਸੌਦਾ ਨੇ ਚਲਾਏ, ਜਿਹਦੇ ਵਿੱਚ ਗਰੀਬ ਪਰਿਵਾਰਾਂ ਦਾ ਮਕਾਨ ਬਣਾ ਕੇ ਦੇਣੇ, ਵਿਧਵਾ ਨੂੰ ਜਿਹਦਾ ਕੋਈ ਕਮਾਉਣ ਵਾਲਾ ਨਹੀਂ ਉਹਨੂੰ ਰਾਸ਼ਨ ਦੇਣਾ, ਇਹਦਾ ਬਿਮਾਰ ਦਾ ਇਲਾਜ ਕਰਾਉਣਾ, ਠੀਕ ਆ, ਕੋਈ ਵੀ ਗੰਦਗੀ ਫੈਲ ਰਹੀ ਜਿਹਦੇ ਨਾਲ ਬਿਮਾਰੀ ਪੈਦਾ ਹੋ ਸਕਦੀ ਆ, ਉਹ ਉੱਥੇ ਸਫਾਈ ਕਰਨੀ। ਇਸ ਤਰ੍ਹਾਂ 135 ਮਨ ਦਾ ਭਲਾਈ ਦੇ ਕਾਰਜ ਸਤਿਗੁਰ ਨੇ ਚਲਾਏ, ਜਿਹੜੇ ਕਿ ਸਾਧ ਸੰਗਤ ਹੁੰਮ ਹੁਮਾ ਕੇ ਤਨ ਮਨ ਧਨ ਨਾਲ ਕਰ ਰਹੀ ਹੈ ਅਤੇ ਕਰਦੀ ਰਹੇ। ਧੰਨਵਾਦ।